हॉस्पिटल से फोन लाया सीजी की उन्हें। ओ यार बनना की है, माता दा बाड़ी ढिली है यार। हाय हम की करिए, सच्ची माता ठीक ही नहीं होनी चाहती, और यार टेंशन पई रहती अपने ते भी। ब्लड ही नहीं कटदा, ब्लड प्रेशर हाई वाला है, डॉक्टर कहते टेंशन है, कहते कहते अटैक टूक ना आ जाए। डर तो होंगे ही है, तो नाले दूजी गल हो हरप्रीत दीदी ने माड़े फोन ला के पूछ लेंगे कि मैं हूँ तो नहीं प्रौहने ने कुटी जा लड़ाया लुड़िया वधिया रहिंदा। ਉਹ ਐ ਨਾ ਫੋਨ ਲਾਉਂਦੇ ਚੰਗੇ ਨਹੀਂ ਲੱਗਦੇ ਹੈਗੇ, ਮੇਰੀ ਗੱਲ ਸੁਣ ਲਾ, ਹੁਣ ਉਹ ਜੇ ਫੋਨ ਲਾਵਾਂਗੇ ਨਾ ਉਹਦਾ ਸੱਸ ਸਹੁਰਾ ਐ ਸਮਝੂਗਾ, ਖਬਰੇ ਇਹਨੂੰ ਪੇਕੇ ਹੀ ਭੜਕਾਈ ਜਾਂਦੇ ਆ ਵੀ ਕੁੜੀ ਤੇ ਇੱਥੇ ਰਹਿਣ ਨੂੰ ਕਹਿੰਦੀ ਐ, ਚੰਗਾ ਐ ਨਹੀਂ ਲੱਗਦਾ ਹੈਗਾ। ਚਲ ਇੱਕ ਵਾਰੀ ਲਾ ਲਓ, ਮੈਨੂੰ ਵੀ ਤਸੱਲੀ ਜੀ ਹੋ ਜੂਗੀ। ਚਲ ਲਾ ਲੈਣਾ ਬਈ, ਹੋਰ ਕੀ ਹੁਣ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣੇ, ਹੋਰ ਠੀਕ ਆ? ਹਾਂ ਵੀਰੇ ਠੀਕ ਠਾਕ, ਵਧੀਆ ਵੀਰੇ। ਮਾਂ ਕਿਵੇਂ ਆ ਹੁਣ? ਮਾਂ ਠੀਕ ਆ ਭੈਣੇ। हाँ हाँ कोई गल नहीं, तू फिकर ना कर, माता ठीक आ। ते तू दस किवें आ? मैं तो ठीक है वीरे। ते ओ हुण तो मां भी टेंशन सी, मैं मां किवें आ, बीबी ने मैनु फोन ला के नहीं दस्या भी बड़ी ढिल्ली तो नहीं। नहीं नहीं ढिल्ली नहीं हैगी, तू ना टेंशन ना लिया करूंगी। ते मेरी गल सुन, ये बोलिया तो नहीं हैगा प्रौणा हुण? ना वीरे, हुण तो ये बापू जी ने हेड करते, तैनू पता ही है, तुसी करा के गए हो, पर हुण नहीं बोलिया। मैं तो भैण एक गल होर सुनी सी, कहिंदे भाभी नाल रहिंदा उहदी नाल। चलो तो ठीक है, नाले ओ मासड जी कहंदे सी जमीन ना लवाउण नूं, लवाई है कि नहीं लवाई अजे? ਵੀਰੇ ਉਹ ਮੈਂ ਬਾਪੂ ਜੀ ਨੂੰ ਮੈਂ ਹੀ ਕਹਿਤਾ, ਮੈਂ ਬਾਪੂ ਜੀ ਦੋ ਚਾਰ ਦਿਨ ਠਹਿਰ ਜੋ, ਮੇਰੀ ਬੇਬੇ ਨੂੰ ਠੀਕ ਹੋ ਜਾਂਦੇ, ਵੀ ਮੰਮੀ ਬਾਰੀ ਸੀਰੀਅਸ ਹੈ। ਕੋਈ ਗੱਲ ਨਹੀਂ, ਉਹ ਤਾਂ ਤੂੰ ਇੰਨੀ ਟੈਨਸ਼ਨ ਨਾ ਲੈ, ਠੀਕ ਆ। ਤੇ ਜੇ ਲਵਾਉਂਦੇ ਆ ਨਾ ਇੱਕ ਅੱਧੇ ਦਿਨ 'ਚ ਨਾ, ਉਹਦੇ ਨਾਂ ਕਰਾ ਲਾ ਜਮੀਨ ਜੀ। ਉਹ ਤਾਂ ਵੀਰੇ ਸਾਰੇ ਕਾਗਜ਼ ਤਿਆਰ ਕਰੀ ਬੈਠੇ ਆ, ਜਮੀਨ ਤਾਂ ਕਰਵਾ ਦੇਣਗੇ, ਜਮੀਨ ਤਾਂ ਕਿੱਧਰ ਜਾਂਦੀ ਹੈ ਜਦੋਂ ਬਾਪੂ ਜੀ ਨੇ ਜਵਾਨੀ ਫੜਾ ਦੀ, ਆਪਦੇ ਪੁੱਤ ਨਾਲੋਂ ਹੀ ਅੱਡ ਹੋ ਗਏ ਜਦੋਂ ਮੇਰੇ ਸਾਥ ਰਹਿਣ ਲੱਗ ਗਏ, ਉੱਤੋਂ ਸੀ ਤੇਰਾ ਸਾਥ ਹੀ ਦੇਣੇ ਆ, ਫਿਰ ਇੰਨਾ ਤਾਂ ਯਕੀਨ ਹੁੰਦਾ ਹੀ ਆ ਬੰਦੇ ਤੇ। ਐਂ ਤਾਂ ਮੈਨੂੰ ਪਤਾ, ਐਂ ਤਾਂ ਬਾਲਾ ਮੂੰਹ ਕਰਦੇ ਆ ਮਾਸੀ ਮਾਸੜ ਤੇਰਾ, ਬਸ ਮੈਨੂੰ ਐਂ ਜਿਹਾ ਹੋ ਜਾਂਦਾ ਵੀ ਉਹਨਾਂ ਦਾ ਮੁੰਡਾ ਚੱਜਦਾ ਨਹੀਂ ਹੁੰਦਾ, ਤਾਂ ਹੀ ਕਰਕੇ ਗੁੱਸਾ ਆਉਂਦਾ। ਤੇਰੇ ਨਾਲ ਵੀਰੇ ਜਿਹੜਾ ਵਾਅਦਾ ਕਰਕੇ ਗਏ, ਉਹਨਾਂ ਨੂੰ ਵੀ ਆਏ ਆ ਵੀ ਅਸੀਂ ਜਿਹੜੀ ਇਹਦੇ ਭਰਾ ਨੂੰ ਜਵਾਨ ਫੜਾਈ ਆ, ਵੀ ਜਵਾਨ ਤੇ ਪੂਰੀ ਉਤਰਨਗੇ, ਇਹੋ ਜੀ ਕੋਈ ਗੱਲ ਨਹੀਂ ਤੇ। ਅੱਛਾ ਅੱਛਾ, ਉਹਦਾ ਤੇਰੀ ਭਾਬੀ ਨਾਲ ਬਾਲਾ ਫਿਕਰ ਜਾ ਕਰੀ ਜਾਂਦੀ ਸੀ, ਕਹਿੰਦੀ ਫੋਨ ਲਾ ਇੱਕ ਵਾਰੀ, ਮਹਾ ਚੱਲ ਲਾ ਲੈਂਦਾ। ਭਾਬੀ ਜੀ ਦਾ ਕੀ ਹਾਲ ਹੈ? ਹਾਂ ਹਾਂ ਵਧੀਆ, ਲਾ ਗੱਲ ਕਰ ਲਾ। ਹਾਂਜੀ ਦੀਦੀ ਸਤਿ ਸ਼੍ਰੀ ਅਕਾਲ। हजे ठीक नहीं हैगी दीदी, ढिली हैगी मां तां। ਡਾਕਟਰ ਕਹਿੰਦੇ ਟੈਨਸ਼ਨ ਨਾ ਲਓ, ਕਹਿੰਦੇ ਤੇ ਵੀ ਤਾਂ ਕਰਕੇ ਵੀ ਬਸ ਦੇ ਦੇਣਗੇ ਇੱਕ ਦੋ ਦਿਨਾਂ ਤੱਕ ਛੁੱਟੀ, ਤੇ ਤੂੰ ਜਮਾ ਫਿਕਰ ਨਾ ਕਰੀ, ਤੂੰ ਤਾਂ ਬਾਹਲਾ ਫਿਕਰ ਕਰਦੀ ਆ। ਫਿਕਰ ਤਾਂ ਹੋ ਹੀ ਜਾਂਦਾ ਵਾ ਵੀ ਨਾਲੇ ਵੀਰੇ ਨੂੰ ਨਾ ਪਤਾ ਲੱਗ ਗਿਆ ਵੀ ਉਹ ਆਪਦੀ ਪਰਚਾਈ ਨਾਲ ਰਹਿਣ ਲੱਗ ਗਿਆ, ਮੈਂ ਹੁਣ ਦੱਸ ਕੀ ਕਰਾਂਗਾ ਦੀਦੀ? ਹੁਣ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ, ਹਨਾ ਤੇਰੀ ਸੰਜੋਗ ਮਾੜਿਆ, ਪਤਾ ਇਹੀ ਕਹਿ ਸਕਦੇ ਆਂਗੇ। ਭਾਬੀ ਮੈਨੂੰ ਐਂ ਲੱਗਦਾ ਵੀ ਬਾਪੂ ਜੀ ਵਰਗੇ ਉਹਨੂੰ ਬੰਦਾ ਬਣਾ ਲੈ, ਪਰਚਾਈ ਵੀ ਪੂਰੀ ਤੇਜ਼ ਆਉਂਦੀ। ਬਣਾ ਲੈਣਗੇ ਬੰਦਾ ਤਾਂ ਚੰਗੀ ਗੱਲ ਆ ਦੀਦੀ, ਘਰ ਵੱਸ ਜੂਗਾ ਤੇ ਨਹੀਂ, ਉਹ ਤਾਂ ਮੈਂ ਦੇਖਿਆ ਵਾਲੀ ਕਹਿੰਦੇ ਚਤਰ ਚਲਾਕ ਜੀ ਤੀਵੀਂ ਜਿਹੜੀ ਇਹਦੀ ਰੱਖੀ ਵੀ ਆ, ਤੇ ਉਹ ਜਮੀ ਨਾ ਘਰ ਪੱਟ ਦੇ ਕਿਤੇ, ਹਨਾ ਬਸ ਭਾਬੀ ਜਦੋਂ 2 ਕਿੱਲੇ ਦੇ ਕੇ ਉਹਨੂੰ ਪਾਸੇ ਕਰਤਾ, ਪਾਉਣ ਦੀ ਪੱਟੇ ਬੰਦੀ ਰੱਖੇ, ਹੁਣ ਤੇਰੇ ਬਾਪੂ ਜੀ ਨੇ ਤਾਂ ਕੰਮ ਹੀ ਨਵੇੜ। ਚਲੋ ਦੀਦੀ ਠੀਕ ਆ ਫਿਰ, ਤੁਸੀਂ ਕੋਈ ਟੈਨਸ਼ਨ ਨਾ ਕਰਿਓ ਤੇ ਮੈਂ ਫੋਨ ਰੱਖਦੀ ਹਾਂ, ਹੈ ਠੀਕ ਹੈ ਠੀਕ ਹੈ, ਚੰਗਾ ਜੀ, ਚੰਗਾ ਸਤਿ ਸ਼੍ਰੀ ਅਕਾਲ। ਮੇਰੀ ਗੱਲ ਸੁਣ, ਤੂੰ ਉਹਨੂੰ ਕਿਉਂ ਦੱਸੀ ਜਾਂਦੀ ਆ ਵੀ ਮਾਂ ਢਿੱਲੀ ਵਾਲੀ ਆ? ਹੋਰ ਦੱਸ, ਐਵੇਂ ਹੀ ਫਿਰ ਉਹ ਹੋਰ ਟੈਨਸ਼ਨ ਪੈ ਜਾਊਗੀ। ਉਹ ਪਹਿਲਾਂ ਮੇਰੇ ਮੂੰਹ ਚੋਂ ਨਿਕਲ ਗਿਆ, ਫਿਰ ਮੈਂ ਕਹਿ ਤਾਂ ਦਿੱਤਾ ਵੀ ਛੁੱਟੀ ਦੇਣਗੇ। ਹਾਂ ਹਾਂ, ਤੁਹਾਡੇ ਸਮਝਾਏ ਨਾਲ ਮੈਂ ਕਹਿ ਤਾਂ, ਜੇ ਮੇਥੋਂ ਬਾਅਦ ਵੀ ਫੋਨ ਆਉਂਦਾ ਨਾ ਉਹਨੂੰ ਹਜੇ ਦੱਸੀ ਨਾ। ਠੀਕ ਹੈ ਜੀ, ਚਲੋ ਮੈਂ ਨਹੀਂ ਦੱਸਿਆ ਕਰਦੀ, ਅੱਜ ਮੇਰੀ ਗਲਤੀ ਨਾ ਮੂੰਹ ਚੋਂ ਨਿਕਲ ਗਈ। ਚਲ ਕੋਈ ਗੱਲ ਨਹੀਂ, ਤੇ ਮੈਂ ਹਸਪਤਾਲ ਜਾ ਕੇ ਆਉਣਾ, ਸੱਦਿਆ ਸੀ ਡਾਕਟਰ ਨੇ ਮੈਨੂੰ। ਚੰਗਾ, ਤੇ ਰੋਟੀ ਪਾਣੀ ਤਾਂ ਲੈ ਜਾਂਦੇ? ਰੋਟੀ ਪਾਣੀ ਹੁਣ ਤੈਨੂੰ ਤਾਂ ਮੈਂ ਸੱਚ ਦੱਸ ਹੀ ਦਿੱਤਾ, ਜ਼ਿਆਦਾ ਢਿੱਲੀ ਆ, ਇੱਕ ਵਾਰੀ ਮੈਨੂੰ ਜਾ ਕੇ ਪਤਾ ਕਰ ਉਹਨਾਂ ਦੇ। ਚਲੋ ਠੀਕ ਹੈ। ਹਾਂ ਹਰਪ੍ਰੀਤ ਆਪਦੀ ਮਾਂ ਨੂੰ ਆਪਦੇ ਭਰਾ ਨੂੰ ਫੋਨ ਕਰੀ ਜਾਂਦੀ ਸੀ, ਉਹਦੀ ਮਾਂ ਨੀ ਢਿੱਲੀ ਸੀ, ਉਹ ਮੈਂ ਕੋਲ ਹੀ ਆਈ ਆ ਉਹਦੇ, ਫੋਨ ਕਰਦੀ ਸੀ
ਤੇ ਕਹਿੰਦਾ ਕਿ ਵੀ ਕਿਹਨੂੰ ਆ ਕੇ ਫੋਨ ਕਰੀਏ ਤੇ ਤੂੰ ਇੱਥੇ ਬੈਠੀ ਹੈ ਪੈਗੀ ਲੈਣਾ ਕਾ ਲੈਣਾ ਹੈ ਇਹਨੇ ਚਲੋ ਹੱਦ ਤੂੰ ਬੋਲ ਮਾਰ ਆ ਮੈਂ ਉਹਦਾ ਕਮੈਂਟ ਮੇਰੇ ਹੈ ਬਾਹਰ ਨਹੀਂ ਆਓ ਤਾਂ ਆ ਲੈ ਪੁੱਤ ਹਾਂਜੀ ਤੇਰੇ ਜ਼ਮੀਨ ਦੇ ਕਾਗਜ਼ ਜਿਹੜੀ ਤੁਸੀਂ ਆਪਦੇ ਕੋਲ ਹੀ ਰੱਖ ਲਓ ਬਾਪੂ ਜੀ ਤੂੰ ਆਪਦੇ ਕੋਲ ਫੜ ਕੇ ਰੱਖ ਇਹਨਾਂ ਨੂੰ ਜਿਹੜਾ ਮੇਰਾ ਫਰਜ਼ ਸੀ ਮੈਂ ਨਿਭਾ ਤਾ ਕੱਲ ਨੂੰ ਬੰਦਿਆਂ 'ਚ ਮੈਨੂੰ ਗੱਲ ਨਾ ਦੇਣੀ ਆਵੇ ਤੇਰੇ ਭਾਈ ਨਾਲ ਮੈਂ ਗੱਲ ਕਰੀ ਠੀਕ ਹੈ ਤੇ ਨਾਲੇ ਉਹ ਬੋੜ ਬੋੜ ਜਿਹਾ ਕਰਦਾ ਉਹਦੀਆਂ ਗੱਲਾਂ ਦਾ ਧਿਆਨ ਹੀ ਨਾ ਲੱਗਾ ਗੱਲ ਹਾਂ ਬਸ ਭੌਂਕੀ ਜਾਣਦੇ ਤੁਰਿਆ ਫਿਰਦੇ ਤੂੰ ਆ ਗਏ ਅੱਛਾ ਤੇਰੀ ਮਾਤਾ ਸੱਚ ਕਿਵੇਂ ਠੀਕ ਹੈ ਵੀ ਹੁਣ ਚੱਲ ਕੋਈ ਨੀ ਪੁੱਤ ਹੋ ਜੂ ਠੀਕ ਪਰਮਾਤਮਾ ਦੇਊਗਾ ਸਾਂਭ ਕੇ ਰੱਖ ਲੈ ਪੁੱਤ ਤੇ ਚਾਹ ਦੀ ਕੁੱਟ ਬਣਾ ਲੈ ਫਿਰ ਮੈਂ ਆਪਣਾ ਉਹ ਕਰ ਦਾਂਗਾ ਚਾਹ ਦੀ ਕੁੱਟ ਪੀ ਕੇ ਖੇਤ ਗੇੜਾ ਗੂੜਾ ਮਾਰ ਕੇ ਆਊਗਾ ਤੇ ਚਾਹ ਬਣਾ ਲਿਆ ਕੁੱਟ ਫਿਰ ਸਾਂਭ ਕੇ ਰੱਖ ਲੈ ਪੁੱਤ ਇਹਨਾਂ ਨੂੰ ਹਾਂ ਹਾਂ ਊਂ ਤਾਂ ਖਾਲ ਕੰਪਿਊਟਰ ਤੇ ਚੜ ਗਈ ਹੁਣ ਕਿਹੜਾ ਕੋਈ ਉਹ ਹੈ ਪਰ ਐ ਵੀ ਚੱਲ ਕਾਗਜ਼ ਤੱਕ ਆਪਦੇ ਸਾਹਮਣੇ ਚੰਗੀ ਹੁੰਦੀ ਨਾ ਸਾਹਮਣੇ ਚੰਗਾ ਤਾਂ ਇਹ ਜੇ ਤਾਂ 4 ਕਿਲੋ ਲਵਾਇਆ ਮੈਂ ਕਿੱਲਾ ਰੱਖ ਲਿਆ ਆਪਣਾ ਬਸ ਠੀਕ ਆ 2 ਕਿਲੋ ਉਹਦੇ ਉਹਨੂੰ ਛੱਡਤੇ ਉਹ ਵੀ ਹਜੇ ਤਾਂ ਆਪਣੀ ਨਾ ਹੀ ਨੂੰ ਉਹ ਮੈਂ 1 ਕਿੱਲਾ ਕਈ ਵਾਰੀ ਚਲੋ ਕੀ ਪਰਮਾਤਮਾ ਕੀ ਹੋ ਜਾ ਕੋਈ ਗੱਲ ਨਹੀਂ ਆ 1 ਕਿੱਲਾ ਆਪਾਂ ਨੂੰ ਵਾਧੂ ਆ ਪਰਮਾਤਮਾ ਦਾ ਸਭ ਕੁਝ ਆਪਾਂ ਕੀ ਕਰਨਾ ਆਪਾਂ 4 ਕਿੱਲੇ ਲੈ ਲੈਣੇ ਨਾ ਲਵਾ ਦੇ ਬਸ ਚਲ ਵਧੀਆ ਚਲੋ ਮੈਂ ਐਵੇਂ ਨਹੀਂ ਪੁੱਛਾ ਵੀ ਬਾਪੂ ਕੀ ਲਵਾਇਆ ਕਿੰਨੀ ਲਵਾਈ ਆ ਉਹ ਕਦੋਂ ਪੁੱਛਦੀ ਉਹਦਾ ਵੀ ਗੱਲ ਕਰਦੀ ਆ ਵੀ ਆਪਾਂ ਨੂੰ ਐ ਕਰਨਾ ਪਿਆ ਵੀ ਆ ਮੇਰੇ ਕਿੱਥੇ ਨਾ ਜਾਵੇ ਟੁੱਟਾ ਮਾਰਦਾ ਲੜਨ ਨੂੰ ਵਿੱਚ ਇਹਨਾਂ ਸੰਗ ਸ਼ਰਮ ਨਹੀਂ ਹੋਣਾ ਭੋਰਾ ਹੈਗੀ ਇਹਨੂੰ ਹੈਗਾ ਕੰਮ ਦਾ ਇਹ ਦੇਖੂਗਾ ਹਜੇ ਤਾਂ ਇਹ 35 ਦੇਖੀ ਤਾਂ ਨਹੀਂ ਕੋਈ ਕੋਈ ਜਿਹਦਾ ਹੁੰਦੀਆਂ ਦੇਖੀ ਤੂੰ ਆ ਪਰ ਤੂੰ ਇਹ ਗੱਲ ਝੱਕੀ ਨਾ ਕਰ ਜਵਾਏ ਆ ਅੱਜ ਮੰਗੂ ਟੁੱਟ ਕੇ ਪੈ ਜਾਗਾ ਬਸ ਮੈਂ ਕਦੋਂ ਝੱਕਦੀ ਹਾਂ ਬਸ ਕੋਈ ਲੋੜ ਨਹੀਂ ਤੈਨੂੰ ਕੋਈ ਇਹ ਆ ਤੰਗ ਕਰਾ ਕਰਾ ਥੱਕ ਗਈ ਤੇਰੇ ਹੇਜ ਬਲਾਗ ਨਹੀਂ ਕੁਛ ਤੱਕ ਬਜਾ ਰਿਹਾ ਤੇਰਾ ਬੜਾ ਕਰਦੀ ਹੈ ਕਰਾ ਕਰਾ ਥੱਕ ਗਈ ਇਹਦੀਆਂ ਹੁਣ ਮੈਂ ਕਿਹ ਜਾਊਂਗੀ ਮੈਂ ਤਾਂ ਹੁਣ ਆਪਣਾ ਸੁੱਕਣਾ ਦੁੱਧ ਦਾ ਐ ਸੀਗਾ ਮਾੜਾ ਜਿਹਾ ਵੀ ਘੱਟ ਹੈ ਉਹ ਲਿਆਂਦੀ ਗਾਂ ਤੇ ਉਹਨੂੰ ਬਹੂ ਕਹਿ ਮੋਏ ਨਾ ਭਾਈ ਇਕੱਲੇ ਦੁੱਧ 'ਚ ਪੱਤੀ ਪਾਇਆ ਕਰ ਪੀਆ ਕਰ ਇਹਨੂੰ ਮੋਟੀ ਹੋ ਕੇ ਹੋਰ ਦਿਖਾ ਸੁੱਕਾ ਦੀ ਹਾਂ ਇਹ ਮੋਟੀ ਮੋਟੀ ਕਰ ਦੇਣਾ ਉਦੋਂ ਹੋਰ ਉਹ ਕਰ ਕਹਿੰਦੇ ਹਾਂ ਦੁੱਧ 'ਚ ਪਾ ਲਿਆ ਕਰ ਪੱਤੀ ਕਾ ਬਸ ਮੋਏ ਨਾ ਚੱਲ ਠੀਕ ਹੈ ਠੀਕ ਹੈ ਵਧੀਆ ਹੋ ਗਿਆ ਚੱਲ ਠੀਕ ਹੈ ਮੈਂ ਉਹਨੂੰ ਉਹ ਕਰਦਾ ਪਤਾ ਨਹੀਂ ਕੀ ਕਹੂਗੀ ਹਜੇ ਕੀ ਨਾ ਕਹੂਗੀ ਚੱਲ ਵਧੀਆ ਤੁਸੀਂ ਦੀਦੀ ਕਿਵੇਂ ਬੱਠਲ ਚੱਕੀ ਫਿਰਦੇ ਹੋ ਮੈਂ ਤਾਂ ਨਾ ਆਪਣੇ ਘਰੇ ਇੱਧਰ ਹੀ ਜਾਂਦੀ ਸੀ ਮੈਂ ਤਾਂ ਐ ਕਹਿੰਦੀ ਸੀ ਮੈਂ ਤੁਹਾਡੇ ਬਾੜੇ 'ਚ ਇੱਕ ਪਾਥੀਆਂ ਦਾ ਬੱਠਲ ਭਰ ਕੇ ਲੈ ਜਾ ਨਾ ਤੁਹਾਡੇ ਪਾਥੀਆਂ ਹੈ ਪਾਥੀਆਂ ਸਾਡੇ ਕਿੱਥੇ ਆ ਰਾਜ ਜਿਹੜਾ ਬਾਹਰ ਸੀਗੀਆਂ ਉਹ ਊਂ ਭਿੱਜ ਗਈਆਂ ਤੇ ਮੈਂ ਤਾਂ ਲੱਕੜਾਂ ਵੀ ਢੱਕਣੀਆਂ ਭੁੱਲ ਗਈ ਸਾਰਾ ਕੁਝ ਗਿੱਲਾ ਹੋ ਗਿਆ ਹੈਪੀ ਨੇ ਨਹਾਉਣਾ ਆਪਣੇ ਨੇ ਮੈਨੂੰ ਐ ਚਾ ਪਾਣੀ ਮੈਂ ਕੀ ਕਰਾਂ ਹੈਪੀ ਕੌਣ ਨਾ ਤਾਂ ਮੈਂ ਹੈਪੀ ਨੂੰ ਜਾਣਦੀ ਆ ਤੇ ਹੈਪੀ ਦੇ ਨਹਾਉਣ ਨੂੰ ਤਾਂ ਮੈਂ ਪਾਥੀ ਕੀ ਲੱਕੜ ਵੀ ਨਹੀਂ ਦਿੰਦੀ ਲੈ ਕੁੜੇ ਆ ਕੀ ਗੱਲ ਕਰਦੀ ਆ ਤੇਰਾ ਬੰਦਾ ਉਹ ਕਿ ਮੈਂ ਜਾਣਦੀ ਨਹੀਂ ਕਿ ਤੂੰ ਕਹਤਾ ਭੈਣੇ ਤੂੰ ਸਾਂਭ ਲਿਆ ਹੁਣ ਮੇਰਾ ਬੰਦਾ ਕਾਹਦਾ ਮੈਂ ਤਾਂ ਕਾਹਦਾ ਸਾਂਭ ਲਿਆ ਉਹ ਤਾਂ ਸਾਰੇ ਟੱਬਰ ਨੇ ਕਹਤਾ ਸੁਧਾਰ ਦੋ ਤੁਹਾਡੇ ਮੁੰਡੇ ਨੂੰ ਐ ਕਰ ਦੋ ਬਹੁ ਕਰ ਦੋ ਉਹ ਸੁਧਰਨ ਵਾਲਾ ਹੁੰਦਾ ਤਾਂ ਆਪਦੇ ਘਰੇ ਸੁਧਰ ਜਾਂਦਾ ਮੈਨੂੰ ਤਾਂ ਦੁੱਗਣਾ ਉਹਦਾ ਨਾ ਆਪ ਹੀ ਉਹ ਹੋਇਆ ਪਿਆ ਗਾ ਅੱਗੇ ਹਾਂ ਨਾ ਹੋਊਗਾ ਉਹਨੂੰ ਕੀ ਆ ਉਹ ਤਾਂ ਜੇ ਨਾਤਾ ਤੋਂ ਤਾਂ ਕਿਸੇ ਹੋਰ ਨੂੰ ਫਸਾ ਲੂਗਾ ਤੈਨੂੰ ਵੀ ਛੱਡੂਗਾ ਚੱਲ ਕੋਈ ਨਾ ਜਦੋਂ ਛੱਡੂਗਾ ਉਦੋਂ ਦੇਖੀ ਜਾਊਗੀ ਹਜੇ ਤਾਂ ਮੈਂ ਸਹਿਜ ਮੈਂ ਤੇਰਾ ਪੁੱਛ ਲਿਆ ਕੁੜੇ ਪਾਥੀਆਂ ਲੈ ਜਾ ਤੁਹਾਡੇ ਤੂੰ ਤਾਂ ਮੇਰੇ ਗਾਲੀ ਪੈਗੀ ਹਰਪ੍ਰੀਤ ਐ ਥੋੜੀ ਹੁੰਦਾ ਗਾ ਨਾ ਭੈਣੇ ਤੂੰ ਤਾਂ ਨਾ ਉਹ ਗੰਦੇ ਹੋਣ ਤੋਂ ਡਰਦੀ ਆ ਪਾਥਦੀ ਨਹੀਂ ਲਾਇਆ ਕਿ ਪਾਸ ਦੇ ਨਿਕਾਹ ਤੋਂ ਨਹੀਂ ਪਾਸ ਦੀ ਮੈਂ ਵੀ ਚੀਜ਼ ਪੱਥ ਲੈਣੀ ਹੁੰਦੀ ਆ ਪਾਥਾਂ ਜੋ ਸਾਡੇ ਗੋਹਾ ਹੀ ਥੋੜਾ ਗਾ ਹੁਣ ਦੋ ਤਾਂ ਮੱਝਾਂ ਗੀਆਂ ਸਾਡੇ ਉਹ ਲੱਪਾ ਪਤੀੜ ਕਰ ਦਿੰਦਵਾ ਉੱਥੇ ਫਿਰ ਮੈਂ ਮਾਂ ਨੂੰ ਬੁਲਾ ਲਾਂ ਮਾਂ ਆਈ ਮਾਂ ਤਾਂ ਮੈਨੂੰ ਕੀ ਕਹਿੰਦੀ ਆ ਐਂ ਵੀ ਨਹੀਂ ਕਿਹਾ ਵੀ ਚੱਲ ਕੋਈ ਨਾ ਭੈਣੇ ਅੰਦਰ ਆ ਜਾ ਹੈ ਕੀ ਹੋ ਗਿਆ ਪਾਥੀਆਂ ਲੈਣ ਆਈ ਆ ਦੀਦੀ ਤਾਈ ਮੈਂ ਤਾਂ ਪਾਥੀਆਂ ਲੈਣ ਆਈ ਸੀ ਕੁੜੇ ਤੂੰ ਕਿਉਂ ਜਖਮਾਂ ਤੇ ਨੂਣ ਭੁਗਦੀ ਫਿਰਦੀ ਆ ਤਾਈ ਮੈਂ ਕੀ ਕਰਤਾ ਹੁਣ ਇਹ ਜਾ ਕੀ ਕਰਤਾ ਹੁਣ ਜਦੋਂ ਇਹਦਾ ਤੂੰ ਬੰਦਾ ਸਾਹਮਣੇ ਬੈਠੀ ਆ ਇਹ ਪਤਾ ਤੈਨੂੰ ਪਾਥੀਆਂ ਕਿਉਂ ਦੇਊਗੀ ਤੂੰ ਆਪਦੇ ਆਪ ਕੰਮ ਘੋੜਦੀ ਫਿਰਦੀ ਆ ਤਾਈ ਸਾਰੇ ਟੱਬਰ ਦੇ ਆਖੇ ਖਾਏ ਦੇਖ ਉਦੋਂ ਜਦੋਂ ਉਹਦੇ ਬਾਈ ਮੁੱਕੇ ਵੇਲੇ ਉਹਨੂੰ ਪੱਗ ਦਿੰਦੇ ਸੀ ਹੈਪੀ ਨੂੰ ਉਦੋਂ ਸਾਰੇ ਸਹਿਜਮਤੀ ਨਾਲ ਸੀ ਉਹੀ ਸਹਿਜ ਹੋਰ ਗੱਲ ਸੀ ਮੇਰੀ ਸੁਣ ਲੈ ਗੱਲ ਬੰਦਾ ਤਾਂ ਜੇ ਕਿਸੇ ਦੇ ਤੀਵੀਂ ਤੇ ਬਾਰ ਮੂਹਰੇ ਨੰਗਣ ਲੱਗ ਜੇ ਨਾ ਆਪ ਤੀਵੀਂ ਨੂੰ ਉਹ ਵੀ ਜਾਸੀ ਹੋ ਜਾਂਦੀ ਹੁੰਦੀ ਤੂੰ ਤਾਂ ਇਹਦੇ ਸਾਹਮਣੇ ਲੈ ਗਈ ਉਹਨੂੰ ਆਪਦੇ ਘਰੇ ਤਾਈ ਮੈਨੂੰ ਤਾਂ ਆਇਆ 7 ਮਹੀਨੇ ਰਹੂਗਾ ਠੀਕ ਹੈ ਕਿਹੜਾ ਉਹਨੇ ਸਾਰੀ ਉਮਰ ਮੇਰੇ ਨਾਲ ਰਹਿਣਾ ਚੱਲ ਇੰਨੇ ਨਾਲ ਵੀ ਉਹ ਬੰਦਾ ਬਣ ਜੂ ਸੁਧਰ ਜੂ ਇੰਨੇ ਪਰਖਾਂ ਕੱਢਣੋਂ ਹਟ ਜੂਗਾ ਮੈਨੂੰ ਪਤਲੀ ਮੋਟੀ ਤੀਵੀਂ ਚਾਹੀਦੀ ਆ ਉਹ ਨਾ ਆਵੇ ਚਾਹ ਹਈ ਦੀ ਮੈਲ ਚੜੀ ਰਵੇ ਇਹਨੂੰ ਕੀ ਦਿੱਕਾ ਹੈਗਾ ਚੱਲ ਕੋਈ ਬਾਤ ਨਹੀਂ ਤੁਹਾਡੀ ਇੱਛਾ ਪਾਵੇ ਹੁਣ ਮੈਨੂੰ ਕੋਈ ਦਿੱਕਤ ਨਹੀਂ ਮੈਂ ਤਾਂ ਕੁੜੇ ਆਪਦਾ ਘਰ ਸਮਝ ਕੇ ਆ ਗਈ ਵੀ ਚੱਲ ਆਪਦੇ ਇੱਧਰ ਇੱਧਰ ਕਿਹੜਾ ਬਗਾਨਾ ਹੈਗਾ ਇਹ ਕੋਨੇ ਕਹਤਾ ਕਹਿੰਦਾ ਜਾ ਉਧਰੋਂ ਭਰ ਲਿਆ ਟੋਕਰਾ ਮੈਂ ਫਿਰ ਵੀ ਬੱਠਾ ਲੈ ਕੇ ਆਈ ਕੋਈ ਨਾ ਕਿਸੇ ਹੋਰ ਤੋਂ ਲਿਆ ਦੂਗਾ ਉਹ ਬਥੇਰੀਆਂ ਡੱਡਾ ਪੈਣਾ ਉਹ ਬੜਾ ਸੰਗਾ ਬੱਠਾ ਤੈਨੂੰ ਪਾਥੀਆਂ ਮੰਗ ਕੇ ਲਿਆ ਕੇ ਦੇਵੇ ਤੂੰ ਪਾਥੀਆਂ ਨੂੰ ਕਿਉਂ ਫਿਰਦੀਆਂ ਹੈ ਜ਼ਿਆਦਾ ਹੁੰਦੀ ਤੂੰ ਉਹਨੂੰ ਬੜਾ ਬੱਠਾ ਗੱਲ ਤਾਂ ਤੁਹਾਡੀ ਵੀ ਠੀਕ ਆ ਤਾਈ ਐਵੇਂ ਉਹਦੇ ਪਿੱਛੇ ਮੇਰਾ ਤੁਹਾਡੇ ਨਾਲ ਫਰਕ ਪਈ ਜਾਂਦਾ ਆ ਦੇਖ ਲੈ ਮੇਰੀ ਛੋਟੀਆਂ ਭੈਣਾਂ ਵਰਗੀ ਸੀ ਮੇਰੇ ਤੇ ਵੀ ਅੱਜ ਰੁੱਖਾ ਰੁੱਖਾ ਬੋਲਦੀ ਆ ਤੈਨੂੰ ਸਿਆਣਪ ਦੀ ਗੱਲ ਰੁੱਖਾ ਨਹੀਂ ਬੋਲਦੀ ਦੀਦੀ ਮੈਂ ਤੁਸੀਂ ਉਹਨੂੰ ਕਹੋ ਬੰਦੇ ਦਾ ਫਿਰ ਕੀ ਸੁੱਖ ਹੋਇਆ ਜੇ ਬੰਦਾ ਹੀ ਨਾ ਲਿਆ ਕੇ ਦੇਵੇ ਜੇ ਤੂੰ ਪਾਥੀਆਂ ਨੂੰ ਬੱਠੇ ਚੱਕਣਾ ਉਹਦਾ ਕੀ
कल ता तेरी भी ठीक है ना, जद मैं माड़े माड़े काम नु कहूंगी ता आपे ओ मैं तो औखा होके फिर आपदे घर नु आऊंगा। जब मानन नु तेनु भी छड़ दू, एने बैठे नु खड़ाइयां सी रोटियां हताइयां नहीं सुधरिया, पहला मैथों नहीं लौट आया, हुन तुझे सुधारना चाहनी और खड़ा बठल ना सिट्टूगा ना तेनु पत्थना मांग के लेके दे आपे मथिया करूंगा फिर ही पता लगू। चल ठीक है जानी है मैं फिर और की ना कर सादी गल दा नहीं ताई मैं तक आगा गुस्सा कर चंगो जे तू जवाका नु कोई चीज लेके जानी हुंदी है ले जा कर हैप्पी वास्ते है नहीं साडे कोल कोई ना कोई ना आ जा गल्ला वेख कर दवा अके जवाका नु ले जी हैं जवाक ता फिर भी मेरे बगाने आ जदों थोड़ा अबदा पुत्र नु तुसी बगाना करता भी दस हुण मैनू शौक नु रखियागा ओदो ओदे बाई दे मुक्के जो ओदी पग लै लैंदी ना इहदा ब्याह ना होण दिंदी फिर इहनां नु पता लगदा हुण नाले ता वधिया नूं आ गई घरे सेवा करू सारे टब्बर दी हजे नाले मैं माड़ी चलो जाने किसे बंदे ते ना मत्थे ते माड़ा लिखिया हुंदा भी कहाउणा ही आ मैं ता कहा लिया फिर भी मैं ता टोकरा भर के ले ही जाऊं फिर आऊं दुपहरे जे गई सीगी होर दस की करा ला आंदा मुंह चक्की इधर हुण तुसी किधर नु चल पे मैं ना नहाउण दी तैयारी करदा सी तू किधर गई सी नहाउण दी तैयारी की करदा सी यार तैनू आप तां ए हुंदा नहीं चल मैं तां जवाकां नु तैयार करदी सी रात उहनां वास्ते खाणा बणाउंदी सी ओह तैनू पता नहीं सी पाथना ढकदा उहनां तां मैं सौ सौ को सुण के आईआं बालण फूकण तेरा करां ते गाला लवां मैं हां पहला पत्थूंगी फिर सुकून गया हुण जदों तू मैनूं कह देना हुण उधरों चीज चक लैना तेरा केड़ा उधर हिस्सा नहीं कि की नहीं गा तेरा एदा मतलब तू उहनां लई मर मिट गया होना मेरे लई तां उह सारे खत्म हो गए तू उहनां दे जाणा नहीं ठीक है आपदियां पकाया कर ते आपदियां खाया कर आपां नहीं उधर जाणा हैप्पी तू तां इह गल कहती ठीक है ना नहीं जाणा चल मैं भी कहनी आं भी तू इधर रह नहीं जाणा ठीक है गल कर गल दी तू इह देख अच्छा तू इधर रहेगा ठीक है जमीन मेरे बंदे दी जमीन साडी मेरे पुत्त दी बन जूगी अच्छा तू सारा कुछ उधर छड के आ गया हुण इधर खाली बैठा रहेगा जे तू खेत काम करेगा तो भाई साडा सीरी भी कर दिंदा सीगा मेरी गल सुन लगा हां सुना मेरे दिमाग ना गल कर 7 किले तेरे कोले 2 किले मेरे कोले तेरे 7 किलियां दे लिफ्ट है ओ मैं भर दूं तू तो ना प्यार प्यार दी गल्ला करके ना मेनू ठंडा जिहा बोल के ना फिर मेनू ठंडी पा लैना फिर काबू कर लैना जो तेरे ते गुस्सा हुंदा फिर मेनू ढेला करना पैंदा हुंदा भी चल कोई ना ओ जाने तू भी बहुत कुछ करन फिरदांगा मेरे वास्ते ओ जिहड़ी लिमिट ओ भर देगा हां हां मैं भी आए किथे की करदी फिरदी तैनू पता भी सीरी पाली जिहड़ा उहना कित्थों खेत कम करके दिंदे जिहड़ी निगाह तू रखीआं चल कोई गल नहीं आपां इह पाथे ना ਵੱਡੀ ਬੀਜਾਂ ਮੁਕਾਈ ਦਊਂਗਾ ਇਹਨਾਂ ਦਾ ਤੇ ਗੀਜਰ ਚੱਕ ਲਿਆਉਂਗਾ ਮੈਂ ਮਾਨਸਾ ਜਾਊਂਗਾ ਬਾਣੀਆਂ ਨੂੰ ਤੂੰ ਫੋਨ ਕਰਦੀ ਤੇ ਬਾਣੀ ਤੋਂ ਮੈਂ ਪੈਸੇ ਫੜ ਲਊਂਗਾ ਚੰਗਾ ਤੇਰੇ ਨਾਂ ਤੇ ਆਹੀ ਗੱਲਾਂ ਤੇ ਤੇਰੀਆਂ ਤੇ ਨਾ ਮੈਨੂੰ ਉਹ ਨਹੀਂ ਹੁੰਦਾ ਫਿਰ ਗੁੱਸਾ ਨਹੀਂ ਆਉਂਦਾ ਠੀਕ ਆ ਚਲ ਆਈ ਕਰੋ ਅੱਜ ਤੁਸੀਂ ਜਦੋਂ ਮੈਂ ਨਾ ਚਾਚੇ ਕੇ ਇਧਰੋਂ ਆਣੇ ਦੇ ਲਿਆਉਣੀ ਇੱਕ ਭਰੀ ਛਟਾਂ ਦੀ ਮੈਂ ਪਾਣੀ ਗਰਮ ਕਰ ਦੂੰਗੀ ਤੇ ਤੁਸੀਂ ਮਾਰਿਓ ਗੇੜਾ ਮੈਂ ਕੋਈ ਨਾ ਬਸ ਮੈਂ ਗੀਜਰ ਹੀ ਲਿਆਉਣਾ ਪਹਿਲਾਂ ਤੂੰ ਜਾ ਕਰਾਂ ਠੀਕ ਚਲ ਰੋਟੀ ਟਾਈਮ ਨਾਲ ਖਾਣ ਆ ਜਿਓ 855 ਦਾ 12 ਲੈ ਜਾਂਦਾ ਸੀ ਆ 911 ਮੇਰੇ ਪੱਲੇ ਪਤਾ ਚਲ ਮਿੱਤਰਾ ਜਿੰਨਾ ਚਿਰ ਬਾਹੀ ਜਾਂਦਾ ਬਾਲਾ ਠੀਕ ਹੈ ਤੇ ਗੱਲ ਕਰ ਇਹਦੇ ਮੈਂ ਤੈਨੂੰ ਕੀ ਪਤਾ ਮੈਂ ਕਿਹੜੇ ਕੰਮਾਂ ਦਾ ਮਰਾ ਤੁਰਿਆ ਫਿਰਦਾ ਮੈਨੂੰ ਐਂ ਤੇਰੇ 7 ਕਿੱਲੇ ਤੂੰ ਮੇਰੇ ਨਾਂ ਕਰਵਾ ਲੈ ਜਿਹੜੇ 2 ਕਿੱਲਿਆਂ 'ਚੋਂ ਅੱਧਾ ਕਿੱਲਾ ਵੇਚ ਕੇ ਲਿਫਟ ਮੈਂ ਭਰਦਾ ਕਰਾਂ ਤੇ ਤੇਰੇ ਨੂੰ ਭਰ ਕੇ ਲਿਫਟ ਉਹ ਦੁਆ ਨੂੰ ਕਹੂੰਗਾ ਵੀ ਮੇਰੇ ਨਾਂ ਜ਼ਮੀਨ ਕਰਵਾ ਚਲੋ ਜੋ ਜ਼ਮੀਨ ਕਰਵਾਤੀ ਫਿਰ ਤੈਨੂੰ ਦੱਸੂੰਗਾ ਕੀ ਚੀਜ਼ ਹੈ ਮੈਨੂੰ ਪਤਾ ਹੀ ਹੈ ਚਲ 5000 ਰੁਪਇਆ ਕਹਿੰਦੇ ਸੀ 15-16000 ਰੁਪਇਆ ਫੜ ਲੈਂਦੇ ਬਾਣੀ ਤੋਂ ਇਹਦੇ ਨਾਂ 'ਤੇ ਬਾਕੀ ਫਿਰ ਵੀ ਕੰਮ ਆਈ ਜਾਂਦਾ ਰਹਿੰਦਾ ਪੈਸਾ ਤਾਂ ਫੜ ਹੀ ਲਿਆਉਣਾ ਮੈਂ ਤਾਂ ਉਹਦੇ ਪਾਥੀਆਂ 'ਚ ਸਾਰੇ ਕੰਮ ਰਹਿ ਗਏ ਮੇਰੇ ਤਾਂ ਬਿਸਤਰਾ ਵੀ ਐਂ ਛੱਡ ਗਿਆ रेडी ਚਲੋ ਤਾਂ ਕਾਸੇ ਤੇ ਆ ਵੀ ਮੇਰੀ ਗੱਲ ਸੁਣੋ ਮੇਰੇ ਨਾ ਵੀਰੇ ਦਾ ਫੋਨ ਆਇਆ ਸੀਗਾ ਤਾਂ ਮੇਰਾ ਕੰਮ ਉੱਥੇ ਰਹਿ ਗਿਆ ਮੈਂ ਉਹਦੇ ਨਾਲ ਗੱਲਾਂ ਕਰਨ ਲੱਗੀ ਤੇ ਉਹ ਕਹਿੰਦਾ ਮੈਂ ਅੱਜ ਆਉਣਾ ਇੱਥੇ ਕਹਿੰਦਾ ਆ ਕੇ ਜਾਣਾ ਜਵਾਕਾਂ ਨੂੰ ਕਹਿੰਦਾ ਲੋਹੜੀ ਤੋਂ ਬਾਅਦ ਮੈਥੋਂ ਆਇਆ ਜੇ ਨਹੀਂ ਗਿਆ ਮੈਂ ਚੱਲ ਕੋਈ ਗੱਲ ਨਹੀਂ ਵੀਰੇ ਮੈਂ ਖਿਆਲ ਜੀ ਤੇ ਤੁਸੀਂ ਐਂ ਕਹਿੰਦੇ ਸੀ ਵੀ ਜੇ ਤੁਸੀਂ ਬਾਗ ਜਾਓ 2-4 ਦਿਨ ਮੈਂ ਕਿੱਧਰ ਪਾ ਜਾਂਦਾ ਹਾਂ ਹੁਣ 2-4 ਦਿਨ ਫਿਰ ਆਇਆ ਪਾ ਜਾਂਦੇ ਨੂੰ ਦੱਸਦੇ ਵੀ ਰਹੀ ਕੀ ਗੱਲ ਆ ਫੇ ਦੱਸ ਦਿਓ ਜੀ ਉਹੀ ਤਾਂ ਕਲੇ ਸਾਰੀ ਗੱਲ ਆ ਅਗਲਾ ਐ ਕਿਵੇਂ ਜਾਣਦੇ ਵੀ ਸਾਡੀ ਬੇਇੱਜ਼ਤੀਆਂ ਕਰਾਉਂਦੀ ਫਿਰਦੇ ਆਂ ਕਿ ਦੇਖ ਮੇਰਾ ਭਰਾ ਬੋਲੂਗਾ ਭਾਈ ਜਦੋਂ ਪੱਤ ਦਿੰਦੇ ਸੀ ਉਹ ਤਾਂ ਤੂੰ ਵੀ ਫੇ ਨਾ ਨਿਕਲ ਜੀ ਕਰ ਲੱਗਿਆ ਉਦੋਂ ਦਾ ਜੇ ਰਿਹਾ ਹੁੰਦਾ ਆ ਕੰਡੇ ਕਾਹਨੂੰ ਬੀਜਨੇ ਪੈਂਦੇ ਨਹੀਂ ਤਾਂ ਨਵੇਂ ਥਾਂ ਕੰਡੇ ਬੀਜਦੇ ਨਾਲੇ ਸਿਆਪਾ ਹੋ ਗਿਆ ਨਾਲੇ ਕਿਸੇ ਰਿਸ਼ਤੇਦਾਰਾਂ ਨੂੰ ਦੱਸਿਆ ਨਹੀਂ ਮੈਂ ਤਾਂ ਉਹਦੀ ਮਰਜ਼ੀ ਨਾਲ ਚਲੋ ਉਧਰ ਪਲੇਸਮੈਂਟ ਜੇ ਇੱਧਰ ਰਹਿਣ ਲੱਗ ਗਿਆ ਤੂੰ ਪਰ ਹੁਣ ਰਹਿਣ ਤਾਂ ਲੱਗ ਗਿਆ ਉਹਨੂੰ ਦੱਸਣ ਦਾ ਪਊ ਵੀ ਤੇਰੇ ਭਰਾ ਨੂੰ ਵਿਆਹ ਤੂੰ ਕਰ ਤਾਂ ਕਰੇਗੀ ਜਦੋਂ ਨਾ ਪਰ ਰਹਿਣੀ ਹੈ ਕੀ ਗੱਲ ਹੈ
ਰਹਿੰਦੇ ਆ ਤੂੰ ਮੇਰੀ ਇੰਨੀ ਗੱਲ ਤੂੰ ਮੇਰੇ ਨਾਲ ਰਹਿਣਾ ਰਹਿਣਾ ਮੈਂ ਤਾਂ ਸਾਰੀ ਉਮਰ ਰਹਿਣਾ ਤੂੰ ਮੇਰੀ ਇੰਨੀ ਗੱਲ ਨਹੀਂ ਮੰਨ ਸਕਦਾ ਤੂੰ ਚਾਰ ਦਿਨ ਨਾਨਕੇ ਵਗ ਜਾ ਜਾਂ ਆਪਦੀ ਭੂਆ ਕੋਲੇ ਵਗ ਜਾ ਐਂ ਹੁੰਦਾ ਜਾਂ ਫਿਰ ਉਧਰ ਹੀ ਵਗ ਜਾ ਤੂੰ ਉਧਰ ਤਾਂ ਨਹੀਂ ਮੈਂ ਜਾਂਦਾ ਚਲ ਦੋ ਚਾਰ ਦਿਨ ਮੈਂ ਕਿਸੇ ਪਾਸੇ ਕਿੰਨੇ ਦਿਨ ਲਾਉਣਗੇ ਐਂ ਤਾਂ ਹੋਏ ਆਈ ਕਹਿੰਦਾ ਸੀ ਵੀ ਰਾਤ ਕੱਟ ਕੇ ਜਾਵਾਂ ਐਂ ਕੀ ਪਤਾ ਅੱਖੋਂ ਨੂੰ ਵੜ ਜੇ ਆਈ ਹੁੰਦਾ ਵੀ ਮੈਂ ਫੋਨ ਕਰ ਦੂੰ ਉਹ ਆ ਜਾ ਤੁਸੀਂ ਹੁਣ ਜਿਵੇਂ ਮੰਨ ਲਾ ਅੱਖਾਂ ਤੱਕ ਉਹ ਬੈਠਾ ਰਿਹਾ ਇੱਥੇ ਹੈ ਮੈਂ ਉਹਦੇ ਘਰਾਂ ਨੂੰ ਆਏ ਕਿ ਤੂੰ ਵੀਰੇ ਵਗ ਜਾ ਫਿਰ ਮੈਂ ਹੀ ਕਹੂੰਗੀ ਰਾਤ ਰਹਿ ਪਾ ਹੁਣ ਉਧਰ ਤੁਸੀਂ ਆ ਜਾਓਗੇ ਸ਼ਾਮ ਨੂੰ ਤੇਰੀ ਇੱਕ ਸ਼ਰਤ ਮੰਨਦਾ ਠੀਕ ਹੈ ਹਾਂ ਬੋਲ ਮੈਂ ਮੰਨ ਜਾ ਮੈਂ ਗੱਲ ਕਰ ਤੂੰ ਨਾ ਗੱਲ ਕਰ ਲਈ ਸਾਰੀ ਹੁਣ ਆ ਦੇ ਭਰਾਣਾ ਚਲੋ ਤਾਂ ਮੈਂ ਟਾਈਮ ਦੇ ਨਾਲ ਗੱਲ ਕਰੂੰਗੀ ਜੇ ਤਾਂ ਹੁਣ ਉਹਨੇ ਮੈਨੂੰ ਉਹ ਜੇ ਮੂਡ ਚ ਹੋਇਆ ਉਹ ਗੱਲ ਛੇੜੀ ਤੋਂ ਤੇ ਜੇ ਮੇਰੇ ਗਾਲੀ ਪੈ ਗਿਆ ਮੂਰੋਂ ਫਿਰ ਤਾਂ ਮੈਂ ਗੱਲ ਉੱਥੇ ਰੱਬ ਜਾਊਗੀ ਮੈਂ ਗੱਲ ਕਰਕੇ ਦੇਖੂਗੀ ਕੋਸ਼ਿਸ਼ ਤਾਂ ਮੈਂ ਕਰੂੰਗੀ पग दिंदे सीगी ओतां ने पग लई नहीं उदों बाद उहने आपदा ब्याह करा लिया अज आपदी जनानी नूं छड के तेरे सत्त किल्यां दा मारिया तेरे मगर लग्या फिरदा ते जदों तेरी जमीन ते मैं लिमिट इस करके कराई सी वी तेरी जमीन बच रवे ਵੀਰੇ ਇਹਦਾ ਮਤਲਬ ਮੇਰੇ ਚਾਚੇ ਤਾਏ ਦੇ ਮੁੰਡੇ ਨੇ ਤੁਹਾਡੇ ਕੋਲ ਗੱਲ ਕਰਤੀ ਤੁਸੀਂ ਤਾਂ ਹੀ ਆਏ ਹੋ ਵੀ ਹੈਪੀ ਇੱਧਰ ਰਹਿਣ ਲੱਗ ਗਿਆ ਹਨਾ ਨਹੀਂ ਭੈਣੇ ਤੂੰ ਆਪ ਸਿਆਣੀ ਆ ਗੱਲ ਸਮਝ ਤੇਰੀ ਜ਼ਮੀਨ ਵੇਚ ਕੇ ਨਾ ਤੇ ਤੇਰੇ ਮਗਰੋਂ ਲੱਤ ਮਾਰੂਗਾ ਉਹ ਅੱਜ ਜ਼ਮੀਨ ਦਾ ਮਾਰਿਆ ਤੇਰੇ ਮਗਰ ਲੱਗਿਆ ਫਿਰਦਾ ਹੈਗਾ ਹੁਣ ਤੂੰ ਆਪਦੇ ਦਿਮਾਗ ਨਾਲ ਆਪ ਹੀ ਗੱਲ ਸੋਚ ਗੱਲ ਤਾਂ ਠੀਕ ਆ ਮੈਂ ਵੀ ਤੇਰੀ ਭੈਣ ਆ ਠੀਕ ਆ ਕੱਚੀਆਂ ਗੋਲੀਆਂ ਨਹੀਂ ਖੇਡਦੀ ਜਿਹੜੇ 2 ਕਿੱਲੇ ਨੂੰ ਉਧਰੋਂ ਆਉਂਦੇ ਆ ਨਾ ਉਹਦੀ ਇਹ ਲਿਮਟ ਭਰਾ ਲੂੰਗੀ ਤੇ ਫਿਰ ਵੀ ਕਿੱਲਾ ਬਚਦਾਗਾ ਉਹ ਮੈਂ ਹੌਲੀ ਹੌਲੀ ਆਪਦੇ ਨਾਂ ਕਰਾ ਲੂੰਗੀ ਐਂ ਮੈਂ ਵੀ ਸੁੱਕਾ ਜਾਣ ਦਿੰਦੀ ਜਿੰਨੇ ਦਾ ਰੋਟੀਆਂ ਤੋੜੂਗਾ ਇੱਧਰ ਉਹ ਹਾਂ ਐਵੇਂ ਨਾ ਤੂੰ ਟੈਨਸ਼ਨ ਜੀ ਲਿਆ ਕਰ ਇਹ ਮੇਰੇ ਚਾਚੇ ਤਾਏ ਦੇ ਮੁੰਡੇ ਨਾ ਤਾਂ ਜਿੰਨੇ ਹੈਗੇ ਚੁਗਲਖੋਰ ਹੈ ਤਾਂ ਸਾਰੇ ਮੇਰੇ ਦਿਓਰ ਜੇਠ ਲਾਤੀ ਹੋ ਚੁਗਲੀ ਵੀ ਹਾਂ ਜੱਗੇ ਤੇਰੀ ਭੈਣ ਨੇ ਤਾਂ ਕੰਮ ਐਂ ਕਰਤਾ ਹੋਰ ਇਹਨਾਂ ਕੋਲ ਕੀ ਹੈ ਚੁਗਲੀ ਨਹੀਂ ਭੈਣੇ ਤੇਰੀ ਜ਼ਮੀਨ ਦੀ ਅੱਖ ਹੈ ਤੇ ਜ਼ਮੀਨ ਨੂੰ ਬਚਾ ਕੇ ਰੱਖੋ ਤੁਸੀਂ ਆਪਦੀ ਕੋਈ ਨਾ ਵੀਰੇ ਜ਼ਮੀਨ ਤਾਂ ਆਪਣੀ ਕਿਤੇ ਨਹੀਂ ਜਾਂਦੀ ਆਪਣੇ ਕੋਲ ਹੀ ਆ ਤੈਨੂੰ ਪਤਾ ਹੈਗਾ ਆਗੂ ਦੇ ਨਾਂ ਕਰਾ ਦਾਂਗੇ 4 ਕਿੱਲੇ ਤਾਂ 3 ਕਿੱਲੇ ਮੇਰੇ ਨਾਂ ਹੈਗੀ ਆ ਉਹ ਕਿਹੜਾ ਮੈਂ ਦੇਣ ਦਿੰਨੀ ਆ ਇਹਨੂੰ ਕੁਛ ਬਾਕੀ ਆ ਲਿਮਟ ਦੀ ਗੱਲ ਰਹੀ ਇਹ ਹੈਪੀ ਦੇ ਉਧਰੋਂ ਕਿੱਲਾ ਗਹਿਣੇ ਧਰਾ ਕੇ ਜਾਂ ਵੇਚ ਕੇ ਤੇ ਮੈਂ ਆਪਦੀ ਲਿਮਟ ਭਰਾ ਲੂੰਗੀ ਚੱਲ ਤੂੰ ਬੈਠ ਚਾਹ ਪਾਣੀ ਪੀਰ ਹੋਰ ਮਾਂ ਠੀਕ ਸੀ ਵਧੀਆ ਸੀ ਘਰੇ ਸਾਰੇ ਵਧੀਆ ਚੜ੍ਹਦੀ ਕਲਾ ਪਰ ਜਿਹੜੀ ਤੈਨੂੰ ਗੱਲ ਸਮਝਾਈ ਆ ਮੈਨੂੰ ਖਾਨੇ ਚ ਪਾ ਲੈ ਬਸ ਖਾਨੇ ਚ ਪਾਈ ਲੈਤੀ ਸਮਝ ਲੈ ਤੂੰ ਕਹਿਤਾ ਮੈਂ ਪਾਲੀ ਮੈਂ ਤੇਰੀ ਗੱਲ ਜਮਾ ਹੀ ਨਹੀਂ ਟਾਲਦੀ ਕਿਵੇਂ ਵੀ ਬਸ ਜੇ ਆਉਂਦਾ ਹੁੰਦਾ ਜਾਂ ਤੁਹਾਡੇ ਆਇਆਂ ਤੋਂ ਬੈਠਿਆਂ ਤੋਂ ਆ ਗਿਆ ਹਾਂ ਹੁੰਗਾਰਾ ਮਾਰ ਦਿਓ ਮਾੜਾ ਜਾਂ ਬੁਲਾ ਲਿਓ ਆਪਣਾ ਕੀ ਜਾਂਦਾਗਾ ਜਿਹੜੇ 2 ਕਿੱਲੇ 2 ਕਿੱਲੇ ਕਿੱਲਾ ਹੋਰ ਨਾ ਕਢਾਇਆ ਨਾ ਮੈਨੂੰ ਵੀ ਤੇਰੀ ਭੈਣ ਕਿਹਨੇ ਕਹਿਣਾ ਕਰਦੇ ਕਰਾਉਂਦੇ ਮੈਂ ਉਹਨੂੰ ਰਲ ਰਲਾ ਕੇ ਉਧਰੋਂ ਕਲੇਸ ਕਰਕੇ ਸਾਰੀਆਂ ਟੁੰਮਾਂ ਟਾਕੀਆਂ ਮੰਗਾ ਲੂੰਗੀ ਆਪਦੇ ਹੱਥ 'ਚ ਹੀ ਚੀਜ਼ ਰੱਖੂ ਕੱਲ੍ਹ ਨੂੰ ਮੇਰੇ ਵੀ ਜਵਾਕੜੀ ਆ ਮੇਰੇ ਜਵਾਕ ਹੈਗਾ ਦੋਨੇ ਜਵਾਕਾਂ ਵਾਸਤੇ ਮੈਂ ਵੀ ਸੋਚਦੀ ਹਾਂ ਚੰਗਾ ਤਾਂ ਹੀ ਆ ਨਾਲੇ ਦਿਨੋ ਦਿਨ ਕੁੜੀ ਮਟਿਆਰ ਹੁੰਦੀ ਜਾਂਦੀ ਆ ਹੁਣ ਇਹ ਤਾਂ ਸਕਾ ਆਪਦਾ ਚਾਚਾ ਗਾ ਜਿੱਥੇ ਜਾਣਾ ਆਪਦੇ ਪਿਓ ਜਿੰਨਾ ਸਹਾਰਾ ਇਹਦਾ ਤਾਂ ਜੇ ਕੋਈ ਹੋਰ ਬਗਾਨਾ ਹੂਲਾ ਫੱਕਦੇ ਜਾਂ ਕੋਈ ਜਵਾਕ ਇੱਧਰ ਉੱਧਰ ਤੁਰੇ ਫਿਰਦੇ ਫੇਰ ਵੀ ਔਖੀ ਸੀ ਮੈਨੂੰ ਇਕੱਲੀ ਨੂੰ ਸਾਰੀ ਉਮਰ ਪਈ ਹੈ ਵੀਰੇ ਹੁਣ ਚੱਲ ਆਪਦਾ ਹੈਗਾ ਉਹ ਜਾਣੇ ਚੱਲ ਇੱਧਰ ਰਹਿਣ ਲੱਗ ਗਿਆ ਜਾਂ ਉੱਧਰ ਕੀ ਗੱਲ ਆ ਵੀ ਚੱਲ ਤੂੰ ਬੈਠ ਵੀਰੇ ਨਾਲ ਮੈਂ ਚਾਹ ਬਣਾ ਕੇ ਲਿਆਉਣੀ ਹੈ ਕਿੱਧਰ ਆਉਣਾ ਹੈਪੀ ਵਕੀਲ ਸਾਹਿਬ ਠੀਕ ਹੈ ਵਧੀਆ ਤੂੰ ਦੱਸ ਵਧੀਆ ਵਧੀਆ ਠੀਕ ਠਾਕ ਤੁਸੀਂ ਦੱਸੋ ਵਧੀਆ ਤੇ ਉਹ ਤੈਨੂੰ ਇੱਕ ਗੱਲ ਦਾ ਪਤਾ ਲੱਗਿਆ ਸੱਚ ਨਾ ਦੱਸੋ ਕੀ ਗੱਲ ਉਹ ਜਿਹੜੀ ਪਹਿਲਾਂ ਵਾਲੀ ਤੇਰੇ ਘਰ ਵਾਲੀ ਸੀ ਹਾਂ ਉਹਦੇ ਨਾਲ ਵਾਹਣ ਲਵਾਤਾ ਤੇਰੇ ਪਿਓ ਨੇ ਕਿੰਨੇ ਕਿੱਲੇ ਲਵਾਤੇ ਵਕੀਲ 7 ਕਿੱਲੇ ਤੇ ਹੋਰ 7 ਤਾਂ ਸਾਰੀ ਸਾਡੇ ਕੋਲੇ 4 ਕਿੱਲੇ ਗਿਆ ਸੀ ਨਾ 2 ਕਿੱਲੇ ਤਾਂ ਮੈਨੂੰ ਦਿੱਤੇ ਸੀ ਉਹਨਾਂ ਨੇ ਹਾਂ 7 ਤਾਂ ਹਾਂ 4
ਨਹੀਂ ਚਾਰ ਲਵਾਤੇ ਭਾਈ, ਸੱਤ ਤਾਂ ਸੱਚ ਉਹਨੇ ਐਂ ਕਹਿੰਦਾ ਸਾਡੇ ਕੋਲ ਸਾਰੀ ਨੇ ਤੇ ਚਾਰ ਕਹਿੰਦਾ ਉਹਦੇ ਨਾਂ ਲਵਾ ਤੇ ਸਾਡੇ ਕੋਲ ਆਇਆ ਸੀ ਮੈਨੂੰ ਤਾਂ ਮੈਂ ਚੱਲ ਤੈਨੂੰ ਦੱਸੂਗਾ ਮਹਾਂ ਤੇ ਤੂੰ ਟੱਕਰ ਗਿਆ ਚੱਲ ਵਧੀਆ ਹੋਇਆ। ਖੱਬੇ ਹੱਥ ਦੀ ਖੇਡ ਆ ਉਹ ਤਾਂ ਫਿਰ ਤੂੰ ਐਂ ਕਰ ਪਹਿਲਾਂ ਕਲੀਅਰ ਕਰ ਲਿਮਟ ਵਾਲਾ ਸਿਸਟਮ ਯਾਰਾ। ਲਿਮਟ ਮੈਂ ਕਲੀਅਰ ਕਰ ਦਿੰਦਾ, ਮੈਂ ਅੱਧਾ ਕਿੱਲਾ ਬੈਕ ਕਰ ਦਿੰਦਾ ਮੇਰੇ ਵਾਲੇ ਚੋਂ। ਜੇ ਲਿਮਟ ਕਲੀਅਰ ਹੋਊ ਫੇਰ ਹੀ ਹੱਲ ਆ ਨਾ, ਨਹੀਂ ਉਹ ਵਿੱਚ ਆਈ ਜਾਂਦੇ ਫਰਦ ਦੇ ਹੁਣ। ਨਹੀਂ ਉਹ ਤਾਂ ਮੈਂ ਕਲੀਅਰ ਕਰ ਦੂੰ, ਮੇਰੀ ਗੱਲ ਚੱਲੀ ਜਾਂਦੀ ਆ ਸਰਦਾਰਾਂ ਨੂੰ ਦੇ ਦੂੰਗਾ ਤੇ ਅੱਧਾ ਕਿੱਲਾ ਤੇ ਉਹਦੇ ਚ ਮੈਂ ਚੱਕ ਅੱਗੇ ਉਹ ਸਾਰੀ ਭਰ ਦੂੰਗਾ। ਤਾਂ ਕਿੰਨੇ ਲੱਖ ਦੀ ਆ, 17 ਦੀ 18 ਦੀ? ਉਹ 18 ਲੱਖ ਆ, ਹੁਣ ਕੁਛ ਵਿਆਜ ਹੋ ਰਿਹਾ ਹੋਊ। 20 ਲੱਖ ਮੰਨ ਲਾ, 20 ਮੰਨ ਲਾ, ਹਾਂ 20 ਲੱਖ ਵੇਚ ਕੇ ਤੇ ਗੱਲ ਕਰ ਨਾ ਮੇਰੇ ਕੇ ਕਰਵਾ ਦੇਂਗਾ ਤੂੰ? ਉਹ ਤਾਂ ਯਾਰ ਹੋ ਜੂ, ਉਹ ਤਾਂ ਸਾਰਾ ਕੁਝ ਹੋ ਜਾਂਦਾ ਉਦੋਂ ਬਾਅਦ। ਕਿੰਨਾ ਖਰਚਾ ਆਊਗਾ? ਖਰਚਾ ਤਾਂ ਬਸ ਦੇ ਦਿੰਦੂ ਮਾੜਾ ਮੋਟਾ, ਕੋਈ ਪਾਰਟੀ ਸ਼ਾਰਟੀ ਕਰਦੀ ਉਹ ਤੇਰਾ ਕੰਮ ਕਰਾ ਦਾਂਗੇ। ਕੋਈ ਨਾ, ਤਾਂ ਵੀ ਚੱਲ ਮੈਂ ਤੈਨੂੰ ਪੈਸੇ ਜਮਾ ਕਰਾ ਦੂ, ਗੂਗਲ ਪੇ ਕਰ ਦੂੰਗਾ। ਕੋਈ ਨਹੀਂ ਕੋਈ ਨਹੀਂ, ਤੇ ਹੋ ਤੇਰੇ ਘਰ ਦੇ ਹੁਣ ਫਿਰ ਮੰਨ ਜਾਣਗੇ ਅੱਧਾ ਕਿੱਲਾ ਵੇਚਣ ਵਾਸਤੇ? ਉਹ ਤਾਂ ਮੇਰੇ ਨਾਲ ਹੀ ਹੈ, ਮੈਂ ਦੱਸੀ ਨੇ 2 ਕਿੱਲੇ ਤਾਂ ਮੈਨੂੰ ਦਿੱਤੇ ਸੀ ਤੇ ਤੂੰ 4 ਕਿੱਲੇ ਉਹਦੇ ਨਾਂ ਕਹਿਣਾ, ਹਰ ਕਿੱਲੇ ਦੇ ਨਾਂ ਕਰਵਾਤੇ। ਫਿਰ ਵੀ ਕਲੇਸ਼ ਨਾ ਰਹੇਗਾ, ਕਲੇਸ਼ ਕਲੇਸ਼ ਉਹ ਤਾਂ ਮੈਂ ਆਟਾ ਵਿੱਢੇ ਕਰਤਾ ਬਈ, ਸਾਰਾ ਕੁਝ ਆਪਣਾ ਤਾਂ ਨਿਬੜਾ, ਤਾਂ ਹੀ ਮੈਂ ਮੇਰੀ ਭਰਜਾਈ ਵਾਲੇ ਫਿਰ ਉਹ 7 ਕਿੱਲੇ ਮੇਰੇ ਨਾਂ ਹੋ ਜਾਣਗੇ, 2 ਕਿੱਲੇ ਨਾਲ ਤੈਨੂੰ ਪਤਾ ਸਰਦਾ ਵੀ ਨਹੀਂ, 7 ਕਿੱਲੇ ਵਾ ਉਹ ਨਾਂ ਕਰਵਾ ਕੇ ਆਪਦੇ ਤੇ ਫਿਰ ਮੈਂ ਵਧੀਆ ਖਾਈ ਪੀ ਜਾਇਆ ਕਰੂੰਗਾ। ਹਾਂ ਇਹ ਤਾਂ ਹੈਗਾ ਵਧੀਆ ਤੈਨੂੰ ਹਨਾ, ਨਾ ਕੋਈ ਬੜਾ ਉਹ ਲੱਗਿਆ, ਵਧੀਆ ਬਣ ਗਿਆ ਵਾਹਣ, ਵਧੀਆ ਬਣ ਜੂਗਾ, ਸਕੀਮ ਤਾਂ ਵਧੀਆ ਖੇਡ ਗਿਆ ਤੂੰ, ਪਰ ਹਜੇ ਘਰ ਵਾਲੇ ਇਹ ਵੀ ਕਿਸੇ ਹਿਸਾਬ ਨਾਲ ਕਰਾ ਲੈਂਦਾ ਵਧੀਆ ਰਹਿੰਦਾ। ਅਰੇ ਕੱਚੀਆਂ ਕੁੜੀਆਂ ਯਾਰ, ਜਿੱਤੇ ਬਣ ਗਈ ਆਪਦੇ ਨਾਂ ਚੜੀ ਉੱਤੀ ਅਸਲ ਪਤਾ ਇਹ ਤੁਹਾਨੂੰ ਦੱਸ। ਤੂੰ ਮਿੱਠਾ ਲੁੱਚਾ ਹੋ ਗਿਆ ਕਿਰਾ ਨਾ, ਇੱਧਰਲੇ ਵੀ ਲਵਾਉਣੇ ਸੀ ਨਾ, ਤਾਂ ਤੂੰ ਮਾੜਾ ਮੋਟਾ ਸਾਡੇ ਨਾਲ ਕੰਟੈਕਟ ਹੀ ਨਹੀਂ ਕਰਿਆ ਪੈਸਿਆਂ ਦਾ। ਉਹ ਇਹ ਤਾਂ ਤੈਨੂੰ ਪਤਾ ਫਿਰ, ਇਹ ਤਾਂ ਮੇਰੇ ਜੋ ਮੱਤੀ ਨਹੀਂ ਮਿਲਦੀ ਸੀ, ਬਾਕੀ ਤੈਨੂੰ ਪਤਾ ਬਈ ਚਾਰ ਪੰਜ ਸਾਡਾ ਬਾਪੂ ਬੜਾ ਅੜਬਾ, ਤੈਨੂੰ ਇਹ ਗੱਲਾਂ ਪਤਾ ਨਹੀਂ। ਅਸੀਂ ਕੀ ਕਰਨਾ, ਅਸੀਂ ਤਾਂ 4-5 ਦਿਨ ਕਾਗਜ਼ ਮਾੜਾ ਮੋਟਾ ਉਰਾਂ ਪਰਾਂ ਕਰ ਦਿੰਦੇ। ਐਂ ਤਾਂ ਤੁਹਾਡਾ ਤਾਂ ਮੈਨੂੰ ਸਾਰਾ ਪਤਾ ਵਕੀਲ ਸਾਹਿਬ। ਚੱਲ ਕੋਈ ਨਾ ਫਿਰ ਤੈਨੂੰ ਮੈਂ ਕੁਝ ਪੈਸੇ ਜਮਾ ਕਰਵਾ ਦੂੰ ਤੇ ਮੇਰੇ ਕੰਮ ਕਰ ਲਈ। ਚੱਲ ਕੋਈ ਨਾ ਫਿਰ ਤੂੰ ਫੋਨ ਕਰ ਲਈ ਮੈਨੂੰ। ਠੀਕ ਹਾਂ, ਤੇ ਮੈਂ ਤੈਨੂੰ ਦੱਸ, ਹਾਂ ਮੈਂ ਗਾਹਾਂ ਕਰਕੇ ਨਾ ਗੱਲ ਪਟਵਾ ਲੈਂਦਾ, ਤੈਨੂੰ ਦੱਸ ਦੂੰ ਵੀ ਕਿੰਨਾ ਖਰਚਾ ਬਣਦਾ। ਠੀਕ ਆ ਚੱਲ। ਉਹ ਐ ਚੋਰੂਆਂ ਚੋਰੂਆਂ ਵੀ ਹੋ ਜੂ ਨਾ, ਐ ਤਾਂ ਨਹੀਂ ਹੁੰਦੀ ਹੁੰਦੀ, ਮਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ। ਬਸ ਤੂੰ ਨਾ ਕਿਸੇ ਕੋਲ ਭਾਫ ਕੱਢੀ। ਚੰਗਾ ਓਏ ਆ ਬੈਠਾ ਤਾਰੀ, ਉਹ ਕਿਵੇਂ ਆ ਹੁਣ ਤੇਰੇ ਸੱਟਾਂ? ਸੱਟਾਂ ਤਾਂ ਬਈ ਠੀਕ ਆ, ਹੁਣ ਥੋੜੀ ਜਿਹੀ ਰਹਿ ਗਈ ਆ, ਸੋਜਾ ਜਾ ਲੇ ਪਿਓ ਨੂੰ ਮਜ਼ਾ। ਤੈਨੂੰ ਮੈਂ ਉਹਦੇ ਕੀ ਕਿਹਾ ਸੀ, ਤੂੰ ਵੀ ਇਹੋ ਜਿਹੀਆਂ ਗੱਲਾਂ ਤੂੰ ਛੱਡ ਦੇ। ਮੇਰੀ ਗੱਲ ਸੁਣ, ਚੱਲ ਮੈਂ ਕਹਿ ਲੈ ਝੇੜ ਕਰ ਲਈ, ਲੱਗਦੀ ਤਾਂ ਮੇਰੀ ਭਰਜਾਈ ਸੀ, ਤੂੰ ਕਰ ਗਿਆ ਗੁੱਸਾ। ਤੂੰ ਤਾਂ ਮੈਂ ਝੇੜ ਕਰ ਹੀ ਸਕਦੀ, ਜਦੋਂ ਮੈਂ ਤੇਰੇ ਹਰ ਵਕਤ ਭਾਈਆਂ ਵਾਂਗੂ ਰਹਿਣਾ, ਅੱਗੇ ਤਾਂ ਮੈਨੂੰ ਤਾਇਆ ਤੂੰ, ਅੱਜ ਤੂੰ ਕਿਵੇਂ ਆ ਪਹਿਲਾਂ ਮੈਨੂੰ ਐਂ ਦੱਸਾਂ। ਕੰਮ ਤਾਂ ਮੈਂ ਤੇਰੇ ਕੋਲ ਆਇਆ ਸੀ, ਮੈਂ ਹਰਾ ਜਿਹਾ ਬਣਾਉਣਾ ਸੀ ਯਾਰ। ਚਲੋ ਉਹ ਤਾਂ ਬਾਅਦ ਚ ਕਰਦਾ, ਦੇਖ ਅੱਗੇ ਤਾਂ ਮੈਨੂੰ ਤਾਇਆ ਸੜਾ ਦਿੰਦਾ ਸੀ ਹਨਾ, ਚਲੋ ਆਪਣਾ ਰਾਜੀ ਬੰਦਾ ਕਹਿੰਦਾ ਤਾਇਆ ਵੀ ਅੱਡ ਹੋਗਾ ਵੀ ਮੈਨੂੰ ਜਵਾਬ ਦੇਗਾ, ਠੀਕ ਆ, ਤੈਨੂੰ ਕਰਤਾ ਅੱਡ। ਹੁਣ ਬਾਈ ਲੜਾਈ ਝਗੜਾ ਤਾਂ ਨਹੀਂ ਚੱਲਣਾ ਆਪਣਾ, ਤੇ ਮਿੱਠ ਪਿਆਰ ਨਾਲ ਕੰਮ ਜਿਹੜਾ ਕਹੇ ਮੈਂ ਤੇਰਾ ਕਰਦਿਆ ਕਰੂੰ, ਮੈਂ ਆਇਆ ਕਰੂੰ, ਇੱਕ ਤਾਂ ਮੈਨੂੰ ਪੈਸਿਆਂ ਦੀ ਲੋੜ ਆ ਬਈ, ਘਰੇ ਆ ਮੇਰੇ ਢਿੱਲ ਮਸ। ਪੈਸੇ ਕਿੰਨੇ ਕੁ ਚਾਹੀਦੇ ਹੁੰਦੇ? ਚੱਲ ਦੇ ਦੀ ਤੂੰ ਕੋਈ ਨਾ, ਜਿੰਨੇ ਕੁ ਡਾਕਟਰ ਲੋਕ ਤੈਨੂੰ ਪਤਾ ਹੀ ਆ ਮੈਂ ਕਿੰਨੇ ਕੁ ਲੈ ਕੇ ਜਾਂਦਾ, ਤੇ ਕੰਮ ਧੰਦਾ ਕਰਾ ਦਿਆ ਕਰਾਂ, ਕੋਈ ਨਾ ਗੱਲ ਤੈਨੂੰ ਹੋਰ ਦੱਸ ਕੰਮ ਕਿਵੇਂ ਆ ਮੈਨੂੰ ਦੱਸ। ਪੈਸੇ ਤਾਂ ਤੈਨੂੰ ਮੈਂ ਦੇ ਦੂੰਗਾ, ਜਿਹੜਾ ਤਿੰਨ 400-500 ਦੀ ਲੋੜ ਹੋਈ। ਗੱਲ ਵੱਡੀ ਗੱਲ ਇਹ ਆ, 7 ਕਿੱਲੇ ਮੇਰੇ ਕੋਲ ਮੇਰੀ ਭਰਜਾਈ ਵਾਲੇ ਆ, 2 ਕਿੱਲੇ ਮੇਰੇ ਕੋਲ, 9 ਕਿੱਲੇ ਖੇਤੀ ਕਰਾਂਗਾ, ਤੈਨੂੰ ਹਿੱਸੇ ਤੇ ਦੇ ਦਿਆ ਕਰੂੰਗਾ ਜੇ ਤੂੰ ਮੇਰੇ ਨਾਲ ਕੰਮ ਕਰਵਾਏਗਾ। ਕੋਈ ਨਾ ਬਾਈ, ਜੇ ਤੂੰ ਆਪੇ ਹਿੱਸੇ ਤੇ ਦੇਗਾ ਤੇ ਨਾਲ ਇਮਾਨਦਾਰੀ ਨਾਲ ਰਹੂੰਗਾ ਤੇ ਇਮਾਨਦਾਰੀ 'ਚ ਤੈਨੂੰ ਹਿੱਸੇ 'ਚੋਂ ਹਿੱਸਾ ਦੇਊਂਗਾ। ਗਾਹਾਂ ਲਿਖ ਲਿਖਿਆ ਕਰ ਲਾਂਗੇ ਜਦੋਂ ਤੂੰ ਮੈਨੂੰ ਬਾਂਧ ਦੇਗਾ, ਠੀਕ ਹੈ? ਤੇ ਮੈਂ ਤੇਰੇ ਅੱਜ ਕੋਈ ਨਾ ਪੱਠੇ ਵੱਢ ਜੂ, ਔਖਾ ਸੌਖਾ ਜਿੰਨੇ ਕੁ ਮੈਥੋਂ ਵੱਢੇ ਗਿਓ ਤਾਂ ਮੇਰਾ ਹੱਥ ਦੇਖਦਾ, ਜੇ ਤੂੰ ਇਹੀ ਗੱਲਾਂ ਕਰਨੀ, ਮੇਰਾ ਸੱਟ ਵੱਜ ਗਈ, ਮੇਰਾ ਫਲਾਨਾ ਵੱਜ ਗਈ, ਫਿਰ ਆਪਣਾ ਜਵਾਬ ਪੁਰਾਣੀਆਂ ਗੱਲਾਂ ਤਾਂ ਆਪਾਂ ਫਰੋਲਦੇ ਨਹੀਂ, ਕੋਈ ਨਹੀਂ ਫਰੋਲਦੇ, ਇੱਥੇ ਪਾਤੀ ਮਿੱਟੀ, ਆਹ ਚੱਕ ਗੱਲਾਂ ਤੇ ਪਾਤੀ ਮਿੱਟੀ, ਬਸ ਪਾਤੀ, ਠੀਕ ਆ। ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਤੇ ਕਿਵੇਂ ਲੱਗੀ ਸਾਡੀ ਵੀਡੀਓ? ਸਾਡੀਆਂ ਸਾਰੀਆਂ ਹੀ ਵੀਡੀਓਜ਼ ਪਰਿਵਾਰਕ ਹੁੰਦੀਆਂ ਨੇ ਤੇ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਦਿਆ ਕਰੋ, ਲਾਈਕ ਕਰਦਿਆ ਕਰੋ, ਜੇ ਹੋ ਸਕੇ ਤਾਂ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਸਾਡੀ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਉਹ ਤੁਹਾਡੇ ਹੋਮ ਪੇਜ 'ਤੇ ਆ ਜਾਇਆ ਕਰੂ। ਸੋ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੁੜੇ ਰਹੋ ਸਾਡੇ ਚੈਨਲ ਨਾਲ। ਸਤਿ ਸ਼੍ਰੀ ਅਕਾਲ ਜੀ।